ਡੀਐਸਪੀ ਜੀਰਾ ਨਰਿੰਦਰ ਸਿੰਘ, ਸਪੀਡ ਨੈਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਰਮੇਸ਼ ਦੱਤ ਅਤੇ ਸਿਵਲ ਸਰਜਨ ਫਿਰੋਜ਼ਪੁਰ ਸੁਰਿੰਦਰ ਕੁਮਾਰ ਨੇ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹੋਏ ਜੀਰਾ ਤੋਂ ਇੱਕ ਵਿਅਕਤੀ ਨੂੰ ਜੋ ਵੱਖ ਵੱਖ ਰਾਜਾਂ ਵਿੱਚ ਲਿੰਗ ਆਧਾਰਿਤ ਟੈਸਟ ਕਰਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਕੋਲੋਂ ਟੈਸਟ ਕਰਨ ਵਾਲੀ ਮਸ਼ੀਨ ਅਤੇ ਕਰੀਬ 70,000 ਰੁਪਏ ਦੀ ਰਾਸ਼ੀ ਕਾਬੂ ਕੀਤੀ ਗਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੀਰਾ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀ ਵੀਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਅਵਨੀਤ ਸਿੰਘ ਸਨ ਆਫ ਅਮਰਜੀਤ ਸਿੰਘ ਵਾਸੀ ਮੋਗਾ, ਜੋ ਕਿ ਸਾਡੇ ਏਰੀਏ ਦੇ ਵਿੱਚ ਗਰਭ ਨਿਰਧਾਰਨ ਟੈਸਟ ਕਰਦਾ, ਜਿਹਦੇ ਕੋਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵਿੱਚੋਂ ਵੀ ਆ ਕੇ ਮਰੀਜ਼ ਜਿਹੜੇ ਹੈਗੇ ਆ ਗਰਭ ਲਿੰਗ ਨਿਰਧਾਰਨ ਟੈਸਟ ਕਰਵਾਉਂਦੇ ਆ। ਇਸ ਗੁਪਤ ਸੂਚਨਾ ਆਧਾਰ 'ਤੇ ਸਾਡੀ ਪੁਲਿਸ ਪਾਰਟੀ ਅਤੇ CM ਸਾਹਿਬ ਨੂੰ ਨਾਲ ਲੈ ਕੇ ਰੇਡ ਕੀਤਾ ਗਿਆ, ਜਿਹਦੇ ਵਿੱਚ ਅਵਨੀਤ ਸਿੰਘ ਨੂੰ ਮੌਕੇ ਤੋਂ ਵਿਦ ਮਸ਼ੀਨ ਅਤੇ ਵਿਦ ਕੁਛ ਕੈਸ਼ ਅਸੀਂ ਗ੍ਰਿਫਤਾਰ ਕੀਤਾ, ਜਿਹਦੇ 'ਤੇ ਹੁਣ FIR ਅੰਡਰ ਸੈਕਸ਼ਨ PNDT ਐਕਟ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲੈਂਦੀ ਜਾ ਰਹੀ ਹੈ। ਇਸ ਨੂੰ ਅੱਗੇ ਹੋਰ ਇਨਵੈਸਟੀਗੇਸ਼ਨ ਕਰਾਂਗੇ ਕਿ ਇਹ ਕਿਸ ਕੇਸ ਨਾਲ ਇਹ ਅੱਗੇ ਲਿੰਕ ਹੈਗਾ, ਇਸ ਦੇ ਨਾਲ ਹੋਰ ਸਾਥੀ ਕੌਣ ਹੈਗੇ ਨੇ, ਉਹਦੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ। ਸਰ ਕਿੰਨੇ ਕੈਸ਼ ਦੀ ਜਿਹੜੀ ਰਿਕਵਰੀ ਹੋਈ, ਕਿੰਨਾ ਕੈਸ਼ ਬਰਾਮਦ ਕੀਤਾ ਗਿਆ? ਇਹ ਦੇਖੋ, ਇੱਦਾਂ ਕਿਸੇ ਵੀ ਘਰ ਦੇ ਵਿੱਚ ਜਾ ਕੇ ਜਿਹੜਾ ਵੀ ਘਰ ਵਾਲਾ ਹੁੰਦਾ ਸੀ ਉਹ 1,000 ਰੁਪਏ ਦਿੰਦਾ ਸੀਗਾ ਵੀ ਮਰੀਜ਼ ਚੈੱਕ ਕਰਨੇ ਆ। 1,000 ਦੇ ਵਿੱਚ ਕਿਸੇ ਵੀ ਤੁਰ ਫਿਰ ਕੇ ਕਰਦਾ ਸੀ, ਇਹਨੇ ਕੋਈ ਪਰਮਾਨੈਂਟ ਕੋਈ ਐਡਰੈਸ ਨਹੀਂ ਰੱਖਿਆ ਹੋਇਆ ਸੀਗਾ। ਮਹੂ, ਜੀਰਾ, ਫਿਰੋਜ਼ਪੁਰ ਅਲੱਗ ਅਲੱਗ ਥਾਵਾਂ ਦੇ ਵਿੱਚ ਜਾ ਕੇ ਟੈਸਟ ਕਰਦਾ ਸੀਗਾ, ਜਿਸ ਦੇ ਘਰ ਦੇ ਵਿੱਚ ਜਾ ਕੇ ਕਰਦਾ ਸੀਗਾ ਉਸਨੂੰ 1,000 ਰੁਪਏ ਇਹ ਦਿੰਦਾ ਸੀਗਾ। ਸਰ ਅਮਾਊਂਟ ਕਿੰਨੀ ਬਰਾਮਦ ਹੋਈ? ਅਮਾਊਂਟ ਦੇਖੋ, ਅਸੀਂ ਕਾਊਂਟ ਕਰ ਰਹੇ ਹਾਂ, ਅਪਰੋਕਸੀਮੇਟਲੀ 70,000 ਦੇ ਕਰੀਬ ਹੈਗੇ। ਸਰਚੇਸ਼ਨ ਕਰ ਰਹੇ ਹਾਂ, ਹੁਣ ਦੇਖਦੇ ਹਾਂ, ਕਿਉਂਕਿ ਖੁਦ ਇੱਕ ਡਾਕਟਰ ਨਹੀਂ ਹੈਗਾ, +2 ਪਾਸ ਹੈਗਾ, ਇਹਦੀ ਅੱਗੇ ਇਨਵੈਸਟੀਗੇਸ਼ਨ ਕਰਦੇ ਹਾਂ ਕਿ ਇਹਦੇ ਕੋਲ ਮਸ਼ੀਨ ਕਿੱਥੋਂ ਆਈ, ਜਾਂ ਅੱਗੇ ਜੋ ਵੀ ਇਹਦੇ ਨਾਲ ਕੋਈ ਸਾਥੀ ਹੋਣਗੇ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊ। ਜੀਰਾ ਤੋਂ ਸਤੀਸ਼ ਵਿਜ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।